ਸੁਬਾ ਮਾਲ ਨਹੀਂ ਆਇਆ ਇਸ ਰਾਤ। ਅੱਛਾ ਲਿਆਂਦੀਆਂ ਨਹੀਂ? ਮੈਂ ਬੜੀਆਂ ਬੱਕਰੀਆਂ ਲਿਆਂਦੀਆਂ ਜੀ ਇੱਥੋਂ। ਉਹ ਮਾਲ ਡਰਦਾ ਹਟੋਏ ਇੱਥੇ ਨਿਕਲੇ ਇਹ, ਅਤੇ ਇੱਥੋਂ ਤਾਂ ਮਾਲ ਜਿਹੜਾ ਨਾ ਉਹ ਪਤਾ ਖੁੱਭ ਜਾਂਦਾ, ਇੱਕ ਦੋ ਵਾਰੀ ਡੰਗਰ ਖੁੱਭੇ ਨੇ, ਅਤੇ ਊਂ ਤਾਂ ਮਾਲ ਇੱਥੋਂ ਇੰਝ ਕਰੀ ਜਾਂ ਪਰੀ ਉਰਾਂ ਕਰੀ ਉਹ ਪਿਛਾਂ ਨੱਸਦੀਆਂ ਸੀ। ਨਹੀਂ ਨਹੀਂ ਹੁਣ ਤਾਂ ਮਾਸ਼ਾਅੱਲਾ ਜੀ ਟੀ ਰੋਡ ਬਣ ਗਿਆ ਨਾ, ਹੁਣ ਤਾਂ ਦੇਖ ਜਾਂਦੀਆਂ ਪਈਆਂ ਇੰਝ ਪੁਰਾਣੀਆਂ ਲਹਿਰਾਂ 'ਚ। ਅੱਛਾ ਜੀ ਪਤਾ ਲੱਗਾ ਜੀ 16 ਟਰਾਲੀਆਂ ਜਿਹੜਾ ਨਾ ਮਾਸ਼ਾਅੱਲਾ ਪਈਆਂ ਨੇ ਇੱਥੇ, ਕਿਉਂਕਿ ਮਿੱਟੀ ਸਾਰੀ ਜਿਹੜੀ ਇਹਨੂੰ ਰੋੜ ਕੇ ਛੱਪੜੇ ਵਿੱਚ ਆ ਗਈ, ਅਤੇ ਊਂ ਅਲਹਮਦੁਲਿਲਾ ਬਿਹਤਰੀਨ ਰਾਹ ਹੋ ਗਿਆ, ਮਜ਼ਾ ਜਿਹਾ ਆਖਿਆ ਬੇਧੜਕ ਹੋ ਕੇ ਪੀਆਂ ਜਾਂਦੀਆਂ। ਨਿੱਕ ਮਾਲ ਇੱਥੋਂ ਨਿਕਲਦਾ ਹਾਂ ਅਤੇ ਮਾਲ ਜਿਹੜਾ ਥੱਲੀ ਸੁੰਘਣ ਲੱਗ ਪੈਂਦਾ ਹੈ ਅਤੇ ਮਾਲ ਆਉਂਦਾ ਹੀ ਨਹੀਂ ਆ। ਮਾਜਦ ਅਲੀ ਨੇ ਸਵੇਰੇ ਲਿਆਉਂਦੀਆਂ ਨੇ, ਕਹਿੰਦਾ ਤਾਂ ਮੈਂ ਮਝਾਂ ਪਰੀ ਜਿਹੜਾ ਲੈਣ ਜ਼ਰੂਰਾਂ ਟਾਲੀਆਂ ਤਾਂ ਮਝਾਂ ਆਉਂਦੀਆਂ ਨਹੀਂ, ਫਿਰ ਉੱਤੋਂ ਹੋ ਕੇ ਲਿਆਉਂਦੀਆਂ ਨੇ ਇੱਧਰੋਂ ਆਈਆਂ। ਅੱਛਾ ਉਹ ਇਹਨਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਜੀ, ਜਿਹੜਾ ਸਾਡਾ ਰਾਸਤਾ ਸਮਝੋ ਜਿਹੜਾ ਰਾਹ ਖਰਾਬ ਹੋਇਆ ਹਨ ਬਹੁਤ ਜ਼ਿਆਦਾ, ਉੱਥੇ ਮਿੱਟੀ ਪੈ ਗਈ, ਮੈਂ ਆਇਆ ਮਾਲ ਲੈ ਕੇ ਛੱਪੜੇ 'ਚ, ਕਿਉਂਕਿ ਤੁਸੀਂ ਦੇਖਿਆ ਹੋਣਾ ਮੇਰੇ ਪ੍ਰੀਵੀਅਸ ਵਲੋਗਾਂ 'ਚ ਬਹੁਤ ਜ਼ਿਆਦਾ ਜਿਹੜਾ ਨਾ ਇਹ ਰਾਹ ਖਰਾਬ ਹੋ ਗਿਆ, ਕਿਉਂਕਿ ਬਾਰਿਸ਼ਾਂ ਐਤਕੀ ਬਹੁਤ ਜ਼ਿਆਦਾ ਹੋਈਆਂ ਨੇ, ਇਸ ਵਜ੍ਹਾ ਤੋਂ ਇੱਥੋਂ ਮਿੱਟੀ ਰੋੜ ਕੇ ਸਾਰੀ ਛੱਪੜੇ ਵਿੱਚ ਟੁਰ ਗਈ, ਅਤੇ ਅਲਹਮਦੁਲਿਲਾ ਪੂਰਾ ਕਾਰਪੇਟ ਬਣ ਗਿਆ ਰਾਹ ਮਾਸ਼ਾਅੱਲਾ ਜੀ। ਅੱਛਾ ਜੀ ਜਿਹੜਾ ਰਾਹ ਹੈ ਨਾ ਉਹ ਇਸ ਕੋਨੇ ਤੋਂ ਲੱਗ ਗਏ, ਇੱਥੋਂ ਲੱਗ ਗਏ ਅਤੇ ਤੋੜ ਛੱਪੜੇ ਤਾਂ ਜਿਹੜਾ ਨਾ ਬਹੁਤ ਜ਼ਿਆਦਾ ਖਰਾਬ ਹੋ ਗਿਆ, ਇੱਥੇ ਤਾਂ ਬਹੁਤ ਸਮਝੋ ਰਾਹ ਹੁਣ ਬਿਹਤਰੀਨ ਹੋ ਗਿਆ। ਇਹ ਜੀ ਇੱਥੋਂ ਲੱਗ ਗਏ ਤਾਂ ਤੋੜ ਆ ਛੱਪੜੇ ਤਾਂ ਟੋਏ ਨਿਕਲੇ ਹੈ, ਔਰ ਮੇਨ ਗੱਲ ਕਿ ਇੱਥੇ ਜਿਹੜਾ ਨਾ ਜਿੱਲ ਬਣ ਗਈ, ਇੱਥੇ ਡੰਗਰ ਜਿਹੜਾ ਨੇ ਦੋ ਤਿੰਨ ਵਾਰੀ ਖੁੱਭੇ ਨੇ, ਅਤੇ ਉਸ ਤੋਂ ਬਾਅਦ ਮਾਲ ਇੱਧਰੋਂ ਬਿਲਕੁਲ ਅਸੀਂ ਲੰਘਾਉਂਦੇ ਹੀ ਨਹੀਂ, ਇਹ ਇੱਧਰੋਂ ਉੱਤੋਂ ਕਰ ਗਏ ਜਾਂ ਦੂਸਰੇ ਰਸਤਿਆਂ ਤੋਂ ਜਾਗ ਮਾਲ ਲਿਆਵੀਦਾ, ਅਤੇ ਅੱਜ ਦੇਖ ਸਕਦੇ ਮਾਸ਼ਾਅੱਲਾ ਮਿੱਟੀ ਜਿਹੜੀ ਨੇ ਬਹੁਤ ਜ਼ਿਆਦਾ ਇੱਥੇ ਪੈਂਦੀ, ਮਿੱਟੀ ਪੈ ਗਈ ਤੋੜ ਜਿਹੜਾ ਨਾ ਛੱਪੜੇ ਤਾਂ, ਕਿਉਂਕਿ ਅੱਛਾ ਜੀ ਇਹ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਨਾ ਇਹ ਥੱਲਿਓਂ ਡੂੰਘਾ ਹੋ ਗਿਆ, ਆਹ ਜਿੰਨੀ ਰੇਤ ਅਸੀਂ ਸਾਰੀ ਪਿੱਛੋਂ ਪਾਏ ਜੂ ਰਸਤੇ 'ਚ ਸਾਰੀ ਰੋੜ ਗਏ, ਇਹ ਦੇਖਿਆ ਇੱਥੇ ਚੜੀ ਨਿੱਕੀ ਇੱਥੇ ਜਗ੍ਹਾ ਜਿਹੜੀ ਕਾਫੀ ਡੂੰਗੀ ਹੈ ਛੱਪੜੇ ਦੇ ਵਿੱਚ ਸਾਰੀ ਟੁਰ ਗਈ, ਅਤੇ ਇੱਥੇ ਦੇਖਿਆ ਤਕਰੀਬਨ ਇੱਥੋਂ ਫੁੱਟ ਡੇਢ ਡੂੰਗੀ, ਅਤੇ ਪਰਿਉਂ ਜਿਹੜਾ ਉਹ ਤਾਂ ਸਮਝ 4 ਤੋਂ 5 ਫੁੱਟ ਮਿੱਟੀ ਰੁੜ ਗਈ, ਅਤੇ ਹੁਣ ਮਾਸ਼ਾਅੱਲਾ ਜਿਹੜਾ ਅਗਲਾ ਲੈਵਲ ਆ ਨਾ ਪਾਏ ਦਾ ਉਹਦੇ ਨਾਲੋਂ ਵੀ ਉੱਚਾ ਹੋ ਗਿਆ, ਤਕਰੀਬਨ ਸੋਹਣਾ ਰਾਹ ਬਿਹਤਰੀਨ ਹੋ ਗਿਆ ਜੀ। ਹੁਣ ਮਾਲ ਡੰਗਰ ਨੂੰ ਕੋਈ ਫਿਕਰ ਨਹੀਂ ਹੈ, ਆਰਾਮ ਨਾਲ ਇੱਥੋਂ ਜਿਹੜਾ ਪੁਰਾਣੇ ਰਸਤੇ 'ਤੇ ਲੰਘ ਜਾਏ, ਪੈਰ ਉਹ ਮਾਲ ਤਰੱਠੇ ਤਾਂ ਹੋਇਆ ਹਾਲੀ ਢੋ ਢੋ ਹੋ ਗਿਆ ਦੇਖਿਆ ਮਜ਼ਾ। ਹਾਂ ਹੁਣ ਮਾਸ਼ਾਅੱਲਾ ਜਿਹੜਾ ਮਿੱਟੀ ਢੇਰ ਪੈ ਗਈ, ਕੋਈ ਸਰੋਲਾ ਹੈ। ਅੱਛਾ ਜੀ ਦਿਨ ਹੈ ਜੀ ਸੰਡੇ ਦਾ 22 ਸਤੰਬਰ 2024, ਟਾਈਮ ਹੋ ਗਿਆ ਜੀ 8 ਦਾ, ਮਾਸ਼ਾਅੱਲਾ ਨਾਸ਼ਤੇ ਦਾ ਟਾਈਮ ਹੋ ਗਿਆ, ਮੈਂ ਨਾਸ਼ਤਾ ਤਿਆਰ ਹੈ, ਪਰਾਂਠੇ ਅਤੇ ਮੱਖਣ ਤਿਆਰ, ਮਾਸ਼ਾਅੱਲਾ ਜੀ ਯੋਗਰਟ ਫਰੈਸ਼ ਨਾਲੇ ਸਾਲਨ ਆਲੂ ਅੰਡੇ ਕਸਟਰਡ ਲੱਸੀ ਆਲਵੇਜ਼ ਮਨੂਰ ਖਾਣਾ ਕਸਟਰਡ ਬਿਸਮਿਲਲਾ ਛੁੱਟੀ ਸੰਡੇ ਕੱਲ੍ਹ ਵੀ ਛੁੱਟੀ ਸੈਟਰਡੇ ਅੱਜ ਵੀ
ਦੇਖੋ ਹਾਂਜੀ ਬੰਗਲਿਆਂ ਦਾ ਗਰੁੱਪ, ਬੰਗਲਾ ਹੀ ਬੰਗਲਾ ਜਿੱਧਰ ਧਿਆਨ ਮਾਰੋ, ਕਿਉਂਕਿ ਮਜ਼ਾ ਜਿਸਲੇ ਤੁਰਦੀਆਂ ਨੇ ਨਾ ਵਿੱਚ ਜਿਹੜੀਆਂ ਡੱਡੀਆਂ ਹੁੰਦੀਆਂ ਨੇ ਉਹ ਅਗਾਂਹ ਪਿਛਾ ਹੁੰਦੀਆਂ ਨਾ, ਅਤੇ ਇਹਨਾਂ ਦਾ ਕੰਮ ਹੈ ਉਸੇ ਵੇਲੇ ਕੈਚ ਕਰਕੇ ਫੜ ਲੈਣਾ। ਇਸ ਵਾਸਤੇ ਆਪਣੀ ਸ਼ਹਿਰ ਦੇ ਦੇਖੇ ਬਹੁਤ ਜ਼ਿਆਦਾ ਮੰਗਲਿਆਂ ਨੇ ਘੇਰੇ ਪਾਏ ਨੇ, ਘੱਟ ਤੋਂ ਘੱਟ ਜਿਹੜਾ ਡੇਢ ਦੋ ਸੌ ਹੋਣਾ ਮੰਗਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਘਾਹ ਚੈੱਕ ਕਰੋ ਜੀ, ਘਾਹ ਰੱਖ ਚੂਰ ਹੋਰ ਤਕਰੀਬਨ ਮੇਰੇ ਸਮਝੋ ਗੁੱਡ ਗੁੱਡ ਛੜੇ। ਮਾਸ਼ਾਅੱਲਾ ਕਿ ਜਿਹੜਾ ਬਹੁਤ ਜ਼ਿਆਦਾ ਜਿਹੜਾ ਬਾਰਿਸ਼ ਹੋਣ ਦੀ ਵਜ੍ਹਾ ਘਾਹ ਵੀ ਬਹੁਤ ਜ਼ਿਆਦਾ ਹੋਇਆ, ਸਟਿੱਲ ਜਿਹੜਾ ਜ਼ਮੀਨਾਂ ਜਿਹੜੀਆਂ ਲਈ ਵਗੀਆਂ ਨਹੀਂ ਉਹਨਾਂ 'ਚ ਘਾਹ ਖਲੋਤੇ ਨੇ ਚੰਗੇ, ਅਤੇ ਮਾਲਾਂ ਕੋਲ ਤਾਂ ਖਤਮ ਹੋਣ ਦੀ ਗੱਲ ਕਿ ਮੇਰੇ ਖਿਆਲ ਜਿਹਾ ਸਾਰਾ ਅਗਾਂ ਸਿਆਲ ਵੀ ਇਹਨਾਂ ਨਾਲ ਵਗਣ ਤਾਂ ਵੀ ਨਹੀਂ ਖਤਮ ਹੁੰਦੇ ਆ ਜਿੰਨੇ ਕੁ ਘਾਹ ਨੇ। ਮਾਸ਼ਾਅੱਲਾ ਬੰਨਿਆਂ ਦੇ ਵੀ ਇੰਜ, ਜ਼ਮੀਨਾਂ 'ਚ ਵੀ ਇੰਜ, ਉਹ ਇੱਕ ਤਾਂ ਜੋ ਬਣ ਗਿਆ ਜੀ ਇਹਨੂੰ ਫੜੀ ਡੱਡੀ, ਉਹ ਜਿਹੜਾ ਪਰਮ ਬੰਗਲਾ ਇਕੱਲਾ ਸਭ ਤੀਆਂ ਖਾ ਗਏ। ਅੱਛਾ ਜੀ ਟਾਈਮ ਹੋ ਗਿਆ ਕਾਰ ਦਾ, ਮਜ਼ਾ ਜਿਹੜੀਆਂ ਬੈਠੀਆਂ ਨੇ 15 ਮਿੰਟ ਹੁਣ ਨਿਕਲਦੀਆਂ ਪਈਆਂ, ਇੱਕ ਮਜ਼ਾ ਨਿਕਲ ਆਈ, ਦੂਜੀਆਂ ਜਿਹੜੇ ਨਾਲ ਹੀ ਬੈਠੀਆਂ। ਚਲੋ ਚਲੋ ਉੱਠ ਖਲੋਵੋ, ਉੱਠ ਖਲੋਵੋ, ਉੱਠ ਖਲੋਵੋ, ਉੱਠ ਖਲੋਵੋ, ਚਲੋ ਵਾ ਚਲੋ। ਚਲੋ 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 ਚਲੋ। ਹਰ ਵਕਤ ਤਸੱਵੁਰ ਮੈਂ ਮਦੀਨੇ
ਕੀ ਗਲੀ ਹੋ ਹਰ ਵਕਤ ਤਸਵਰ ਮੈਂ ਮਦੀਨੇ ਕੀ ਗਲੀ ਹੋ ਔਰ ਯਾਦ ਮੁਹੰਮਦ ਕੀ ਮੇਰੇ ਦਿਲ ਮੈਂ ਬਸੀ ਹੋ ਔਰ ਯਾਦ ਮੁਹੰਮਦ ਕੀ ਮੇਰੇ ਦਿਲ ਮੈਂ ਬਸੀ ਹੋ ਐ ਕਾਸ਼ ਮੈਂ ਬਨ ਜਾਂ ਮਦੀਨੇ ਕਾ ਮੁਸਾਫਿਰ ਐ ਕਾਸ਼ ਮੈਂ ਬਨ ਜਾਂ ਮਦੀਨੇ ਕਾ ਮੁਸਾਫਿਰ ਫਿਰ ਰੋਤੀ ਹੋਈ ਤੈਬਾ ਕੋ ਬਰਾਤ ਚਲੀ ਹੋ ਫਿਰ ਰੋਤੀ ਹੋਈ ਤੈਬਾ ਕੋ ਬਰਾਤ ਚਲੀ ਹੋ ਹਰ ਵਕਤ ਤਸਵਰ ਮੈਂ ਮਦੀਨੇ ਕੀ ਗਲੀ ਹੋ। ਅੱਛਾ ਜੀ, ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਵੇ ਅਤੇ ਜੇ ਵਲੋਗ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਜਿਹੜਾ ਸਾਡਾ ਸਿਲਸਿਲਾ ਨਾਤ ਵਾਲਾ ਇਹ ਤੁਹਾਨੂੰ ਕੈਸਾ ਲੱਗਾ, ਕਿਉਂਕਿ ਕੋਸ਼ਿਸ਼ ਹੋਵੇ ਦੀ ਮੇਰੀ ਹਰ ਵਲੋਗ 'ਚ, ਕਿਉਂਕਿ ਅੱਗੇ ਵੀ ਤੁਹਾਨੂੰ ਪਤਾ ਸਿਲਸਿਲਾ ਸ਼ੁਰੂ ਕੀਤਾ ਤਾਂ ਫਿਰ ਟਾਈਮ ਨਹੀਂ ਲੱਭਦਾ ਤਾਂ ਫਿਰ ਜਿਹੜਾ ਨੇ ਵਿੱਚ ਜਿਹੜੇ ਜਿਹੜੇ ਵਲੋਗ ਆਏ ਨੇ ਉਹਨਾਂ ਵਿੱਚ ਨਾਤ ਕੋਣੀ ਮੈਂ ਪੜ੍ਹੀ ਅਤੇ ਕੋਣੀ ਜਿਹੜਾ ਨਾ ਟਾਈਮ ਹੀ ਨਹੀਂ ਲੱਭਾ। ਅਤੇ ਹੁਣ ਫਿਰ ਇਨਸ਼ਾਅੱਲਾ ਜਿਹੜਾ ਨਾ ਕੋਸ਼ਿਸ਼ ਇਹੀ ਹੋਵੇ ਦੀ ਕਿ ਆਰ ਵਲੋਗ ਜਿਹੜਾ ਨਾਤ ਜਿੰਨੀ ਹੋ ਸਕੇ ਉੰਨੀ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ, ਕਮੈਂਟ ਕਰਕੇ ਲਾਜ਼ਮੀ ਦੱਸਣਾ। ਅਤੇ ਮਿਲਦੇ ਇਨਸ਼ਾਅੱਲਾ ਨੈਕਸਟ ਵਲੋਗ 'ਚ, ਹੱਸਦੇ ਰਹੋ, ਵੱਸਦੇ ਰਹੋ, ਸਦਾ ਖੁਸ਼ ਰਹੋ, ਦੁਆਵਾਂ ਯਾਦ ਰੱਖਿਓ। ਓਕੇ, ਅੱਲਾ ਹਾਫਿਜ਼।